ਜਿਹੜੇ ਬੰਦਾ ਇੱਕ ਵਾਰ ਕੈਨੇਡਾ ਜਾਂਦਾ ਨਾ, ਉਹਦਾ ਇੱਕ ਡ੍ਰੀਮ ਹੁੰਦਾ ਯਾਰ ਵੀ ਹੁਣ ਜੇ ਕੈਨੇਡਾ ਆ ਗਏ, ਇੱਥੋਂ ਦੀ ਆਪਾਂ ਪੀਆਰ ਲੈ ਲੈਣੀ ਹੈਗੀ, ਇੱਥੇ ਹੀ ਸੈਟਲ ਹੋ ਜਾਣਾ ਗਾ, ਪਰਿਵਾਰ ਨੂੰ ਇੱਥੇ ਬੁਲਾ ਲੈਣਾ ਗਾ, ਵਿਆਹ ਵੀ ਇੱਥੇ ਹੀ ਕਰਾ ਲੈਣਾ ਗਾ। ਤੁਹਾਡੀ ਅਜਿਹੀ ਕੀ ਥਿੰਕਿੰਗ ਸੀ ਵੀ ਤੁਸੀਂ ਕੈਨੇਡਾ ਨੂੰ ਛੱਡ ਕੇ ਪੰਜਾਬ ਵਿੱਚ ਆ ਕੇ ਰੁਜ਼ਗਾਰ ਤੋਰਿਆ? ਆਪਾਂ ਪੰਜਾਬੀ ਆ, ਪੰਜਾਬੀ ਹੋ ਹੀ ਰਹਿਣਾ ਅਤੇ ਇੰਡੀਆ ਦੇ ਹੈਗੇ ਆ, ਇੰਡੀਆ ਦੇ ਵਿੱਚ ਹੀ ਜੋ ਸਾਨੂੰ ਰਿਸਪੈਕਟ ਅਤੇ ਜੋ ਮਤਲਬ ਰਿਸਪੈਕਟ ਕਹਿ ਲਓ ਜਾਂ ਕੁਛ ਵੀ ਆਪਣਾ ਆਪਣੀ ਕੰਟਰੀ ਹੈ, ਇਹਨੂੰ ਇਹ ਤਾਂ ਹੈ ਨਹੀਂ ਵੀ ਜੇ ਚੱਲ ਨਹੀਂ ਰਹੀ ਤਾਂ ਛੱਡ ਦਿਓ, ਵੀ ਸਾਡਾ ਘਰ ਚੱਲ ਨਹੀਂ ਰਿਹਾ ਤਾਂ ਆਪਾਂ ਆਪਣੇ ਘਰ ਨੂੰ ਛੱਡ ਕੇ ਚਲੇ ਜਾਈਏ, ਵੀ ਇਹ ਤਾਂ ਆਪਣੇ ਹੈ ਨਹੀਂ ਨਾ। ਸ਼ੁਰੂ ਤੋਂ ਆਪਣੇ ਘਰਾਂ ਦੇ ਵਿੱਚ ਵੀ ਇਹੀ ਹੈ ਵੀ ਚਲੋ ਉਹ ਤਾਂ ਆਪਣੇ ਉੱਤੇ ਹੈ ਵੀ ਆਪਾਂ ਕਿੱਦਾਂ ਉਹਨੂੰ ਕੰਮ ਨੂੰ ਕਰਨਾ ਹੈ ਜਾਂ ਕੀ ਕਰਨਾ। ਅਤੇ ਤੁਸੀਂ ਜਿਵੇਂ ਕਿਹਾ ਵੀ ਪੰਜਾਬ ਆ ਕੇ ਕਰਨ ਦਾ ਰੀਜ਼ਨ ਕੀ ਸੀ, ਵੀ ਬਾਹਰ ਜਿਹੜਾ ਕੰਮ ਭਾਅ ਜੀ 25-30-40 ਲੱਖ ਰੁਪਏ 'ਚ ਹੋਣਾ, ਇੱਥੇ ਉਹ 30-40 ਹਜ਼ਾਰ 'ਚ ਵੀ ਹੋ ਜਾਣਾ। ਅਤੇ 30-40 ਹਜ਼ਾਰ ਭਾਅ ਜੀ ਕੋਈ ਦੇ ਵੀ ਦਿੰਦਾ ਵਾ, 25-30 ਲੱਖ ਰੁਪਇਆ 40 ਲੱਖ ਰੁਪਇਆ ਕੋਈ ਨਹੀਂ ਦਿੰਦਾ। ਮੈਂ ਕਿਤੇ ਨਾ ਕਿਤੇ ਫਿਰ ਸੋਚ ਸਕਦਾ ਵੀ ਚਲੋ ਮੈਂ ਬਾਹਰ ਚਲ ਜੂੰਗਾ ਅਤੇ 4 ਬੰਦੇ ਹਾਂ ਅਸੀਂ ਜਾ ਕੇ ਸੈਟਲ ਹੋ ਜਾਵਾਂਗੇ। ਪਰ ਉਹੀ ਗੱਲ ਆ ਭਾਅ ਜੀ, ਜਿਹੜੇ ਬਾਹਰ ਰਹਿੰਦੇ ਵੀ ਆ ਵੀ ਇੱਥੇ ਵਾਲੀ ਐਸ਼ ਨਹੀਂ ਹੈ ਵੀ ਆਪਾਂ ਬੈਠੇ ਹਾਂ ਧੁੱਪੇ ਮੰਜਾ ਡਾਲਿਆ ਅਤੇ 4-4 ਘੰਟੇ ਬੈਠੇ ਹਾਂ, ਜੇ ਸ਼ਾਮੀ ਅਸੀਂ ਘਰ ਆ ਗਏ ਤਾਂ ਅਸੀਂ 3-4 ਘੰਟੇ ਬੈਠੇ ਹਾਂ ਵੀ ਕੋਈ ਚੱਕਰ ਨਹੀਂ ਹੈ। ਉੱਥੇ ਤਾਂ ਭਾਅ ਜੀ ਸ਼ਿਫਟ ਸਰਕਲ ਹੈ, ਕੁਛ ਨਹੀਂ ਪਤਾ ਤੁਹਾਡੇ ਘਰ ਦੇ ਕਿੱਥੇ ਕੰਮ ਕਰ ਰਹੇ ਅਤੇ ਤੁਸੀਂ ਕਿੱਥੇ ਕੰਮ ਕਰ ਰਹੇ ਹੋ। ਅਤੇ ਮੇਰੇ ਕੋਲੋਂ ਸਾਲ ਕਈ ਬੰਦੇ ਇੱਦਾਂ ਦੇ ਆ, ਹੁਣ 2 ਸਾਲ ਤੋਂ ਵੀ ਕੰਮ ਕਰ ਰਿਹਾ, ਕੋਈ ਇੱਦਾਂ ਦਾ ਵੀ ਮੈਂ ਜਦੋਂ ਤੋਂ ਖੋਲਿਆ ਉਦੋਂ ਤੋਂ ਮੇਰੇ ਨਾਲ ਹੀ ਕੰਮ ਕਰ ਰਿਹਾ। ਹੁਣ ਉਹ ਬੰਦੇ ਨੂੰ 30 ਸਾਲ ਤੋਂ 35 ਸਾਲ ਹੋ ਗਏ ਲੁਧਿਆਣੇ ਦੇ ਵਿੱਚ ਕੁਕਿੰਗ ਦਾ ਕੰਮ ਕਰਦੇ ਹੋਏ ਨੂੰ, ਉਹ ਕੁਛ ਤਾਂ ਚੀਜ਼ ਹੋਏਗੀ ਨਾ ਵੀ ਮੇਰੇ ਨਾਲ 2-2.5 ਸਾਲ ਤੋਂ ਕੰਮ ਕਰੋ। ਕਹਿੰਦਾ ਭਾਅ ਜੀ ਕੋਈ ਗੱਲ ਨਹੀਂ, ਮੈਨੂੰ ਕਾਰੀਗਰ ਦੀ ਕੋਈ ਟੈਨਸ਼ਨ ਨਹੀਂ ਹੁੰਦੀ, ਮੈਂ ਆਪ ਸਾਰਾ ਕੰਮ ਜਾਣਦਾ ਪਰ ਮੈਂ ਕੁਛ ਨਹੀਂ ਬਣਾ ਰਿਹਾ ਇਸ ਟਾਈਮ। ਪਰ ਇਹ ਹੈ ਵੀ ਮਸਾਲੇ ਮਸੂਲੇ ਅਸੀਂ ਸਾਰੇ ਆਪਣੇ ਪਿਸਵਾਨੇ ਹੈ, ਜੋ ਮੇਨ ਸਾਡੀ ਸਪੈਸ਼ੈਲਿਟੀ ਹੈ। ਸਾਡੀ ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਸ਼ਿਫਟ ਹੁੰਦੀ ਹੈ, ਫਿਰ 4 ਵਜੇ ਤੋਂ ਲੈ ਕੇ 10 ਵਜੇ ਤੱਕ ਸ਼ਿਫਟ ਹੁੰਦੀ ਹੈ। ਜੇ ਓਵਰ ਟਾਈਮ ਕਰਦੇ ਆ ਉਹਨਾਂ ਨੂੰ ਉਹਨਾਂ ਦਾ ਓਵਰ ਟਾਈਮ ਮਿਲਦਾ ਪ੍ਰੋਪਰ। ਜੇ 4 ਵਜੇ ਤੋਂ ਬਾਅਦ ਜੇ ਮੈਂ ਉਹਨਾਂ ਕੋਲੋਂ 6 ਵਜੇ ਤੱਕ ਕੰਮ ਕਰਾਉਣਾ ਤਾਂ ਮੈਂ ਉਹਨਾਂ ਨੂੰ ਕਹਿੰਦਾ ਵੀ ਹਾਂ ਮੈਂ ਤੁਹਾਨੂੰ 2 ਘੰਟੇ ਦੇ ਪੈਸੇ ਲੱਗ ਦਊਂਗਾ। ਕਿਸੇ ਵੀ ਆਪਣੇ ਵੀਰ ਨੇ ਫੂਡ ਲਾਈਨ ਦੇ ਵਿੱਚ ਕੋਈ ਵੀ ਛੋਟਾ ਜਿਹਾ ਵੀ ਕੰਮ ਕਰਨਾ ਨਾ, ਤਾਂ ਮੈਂ ਸ਼ੋਰਿਟੀ ਦਿੰਦਾ ਵੀ ਮੈਂ 20,000-25,000 ਰੁਪਏ ਦੇ ਵਿੱਚ ਬੰਦੇ ਦਾ ਵਧੀਆ ਕੰਮ ਸ਼ੁਰੂ ਕਰਾ ਦੂੰਗਾ। 20,000-25,000 ਤੱਕ ਕਿਤੋਂ ਵੀ ਅਰੇਂਜ ਕਰ ਲਵੇ ਬੰਦਾ, ਚੱਲਣਾ ਨਾ ਚੱਲਣਾ ਉਹਦੀ ਮਰਜ਼ੀ ਹੈ, ਕੰਮ ਮੈਂ ਸ਼ੁਰੂ ਕਰਾ ਕੇ ਦਊਂਗਾ। ਉਹਨੂੰ ਕੁਛ ਵੀ ਨਹੀਂ ਆਉਂਦਾ ਹੋਊਗਾ ਨਾ, ਉਹਨੂੰ ਮੈਂ ਦੱਸੂਗਾ ਵੀ ਤੈਨੂੰ ਆਹ ਚੀਜ਼ ਪ੍ਰੋਵਾਈਡ ਕਰੂੰਗਾ, ਇੰਨਾ ਪ੍ਰੋਫਿਟ ਹੋਊਗਾ, ਕਿਤੇ ਵੀ ਕਾਊਂਟਰ ਲਾ ਕੇ ਖੜ ਜੂਗਾ ਨਾ ਅਤੇ ਆਪਣਾ ਗੁਜ਼ਾਰਾ ਕੱਢ ਲੂਗਾ। ਜਿਹੜੇ ਬੰਦੇ ਕਹਿੰਦੇ ਨਾ ਪੰਜਾਬ ਦੇ ਵਿੱਚ ਕੰਮ ਨਹੀਂ ਹੈ, ਪੰਜਾਬ ਦੇ ਵਿੱਚ ਫੂਡ ਲਾਈਨ ਦਾ ਇੰਨਾ ਕੁ ਕੰਮ ਹੈ ਨਾ ਵੀ ਤੁਸੀਂ 25,000-30,000 ਰੁਪਏ ਇਕੱਠਾ ਕਰੋ, ਮੈਂ ਤੁਹਾਨੂੰ ਕਿਤੇ ਨਾ ਕਿਤੇ ਕੰਮ ਸ਼ੁਰੂ ਕਰਵਾ ਕੇ ਦਿੰਦਾ। ਚਲਾਉਣਾ ਨਾ ਚਲਾਉਣਾ ਤੁਹਾਡੀ ਮਰਜ਼ੀ ਹੈ। ਜਿੰਨਾ ਇੰਡੀਆ ਦੇ ਵਿੱਚ ਲੋਕਾਂ ਕੋਲ ਪੈਸਾ ਹੈ ਨਾ, ਜਿੰਨੀਆਂ ਇੱਥੇ ਗੱਡੀਆਂ ਹੈ ਅਤੇ ਜਿੰਨੀ ਇੱਥੇ ਲੋਕ ਪੋਰਸ਼ ਲਾਈਫ ਜੀ ਰਹੇ ਹੈ ਵੀ ਐਸ਼ ਪ੍ਰਸਤੀ ਨਾਲ 7 ਘੰਟੇ ਕੰਮ ਕਰਦੇ, ਉਸ ਤੋਂ ਬਾਅਦ ਆਜ਼ਾਦੀ ਇੰਨੀ ਹੈ ਪਤਾ ਹੀ ਕੁਛ ਨਹੀਂ ਹੈ। ਇਹ ਹੈ ਭਾਅ ਜੀ ਪੋਰਸ਼ ਲਾਈਫ, ਬਾਹਰ ਕਿਹੜੀ ਪੋਰਸ਼ ਲਾਈਫ ਹੈ? ਕੱਪੜੇ ਆਪਣੇ ਧੋਂਦੇ ਜੇ ਧੁੱਤੇ ਮਿਲ ਜਾਂਦੇ ਹੈ, ਭਾਂਡੇ ਆਪਾਂ ਧੋ ਨਹੀਂ ਰਹੇ, ਰੋਟੀ ਆਪਾਂ ਨੂੰ ਘਰ ਦੇ ਬਣਾ ਕੇ ਦੇ ਰਹੇ ਹੈ, ਅਤੇ ਇੱਥੇ ਭਾਅ ਜੀ ਜ਼ਿਆਦਾ ਵਧੀਆ ਜ਼ਿੰਦਗੀ ਹੈ। ਨਮਸਕਾਰ, ਪੰਜਾਬ ਨਿਊਜ਼ ਨਾਲ ਜੁੜਿਓ ਤੁਸੀਂ ਅਤੇ ਮੈਂ ਹਰਦੀਪ ਸ਼ੇਰਪੁਰ ਤੁਹਾਡਾ ਸਵਾਗਤ ਕਰਦਾ, ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਅੱਜ ਕੱਲ੍ਹ ਦੇ ਯੂਥ ਦੀ ਜੇਕਰ ਆਪਾਂ ਜ਼ਿਕਰ ਕਰੀਏ, ਅੱਜ ਕੱਲ੍ਹ ਦਾ ਯੂਥ ਨਾ ਬਾਹਰ ਜਾਣ ਨੂੰ, ਜਿਵੇਂ ਕਿ ਆਪਾਂ ਪਹਿਲਾਂ ਵੀ ਕਹਿੰਦੇ ਹੁੰਦੇ ਹਾਂ, ਬਾਹਰ ਜਾਣ ਨੂੰ ਬੜਾ ਕਾਹਲ ਹੈ, ਪਲੱਸ ਟੂ ਕਰੀ ਨਹੀਂ ਹੁੰਦੀ ਅਤੇ ਆਈਲੈਸ ਕਰਕੇ ਬਾਹਰ ਜਾਣ ਨੂੰ ਬੜੇ ਕਾਹਲੇ ਹੁੰਦੇ ਨੇ। ਪਰ ਅੱਜ ਇੱਕ ਅਜਿਹੀ ਤੁਹਾਡੇ ਸਾਹਮਣੇ ਮਿਸਾਲ ਪੈਦਾ ਕਰਨ ਲੱਗਿਆਂਗੇ, ਅਜਿਹੀ ਤੁਹਾਡੇ ਸਾਹਮਣੇ ਮਿਸਾਲ ਪੇਸ਼ ਕਰਨ ਲੱਗਿਆਂਗੇ। ਇੱਕ ਨੌਜਵਾਨ ਹੈ ਸਾਡੇ ਨਾਲ, ਪੂਰਵਕ ਜੀ। ਪੂਰਵਕ ਜੀ ਨੇ ਕੈਨੇਡਾ ਤੋਂ ਸਟੱਡੀ ਕਰਕੇ ਲੁਧਿਆਣਾ ਦੇ ਵਿੱਚ ਆਪਣਾ ਰੁਜ਼ਗਾਰ ਖੋਲ੍ਹਿਆ। ਤੁਸੀਂ ਵੀ ਸੋਚ ਰਹੇ ਹੋਵੋਗੇ ਯਾਰ, ਜੇ ਕੈਨੇਡਾ 'ਚ ਸਟੱਡੀ ਕੀਤੀ ਹੈਗੀ ਤਾਂ ਕੈਨੇਡਾ ਵਿੱਚ ਵੀ ਕੋਈ ਰੁਜ਼ਗਾਰ ਚਲਾ ਸਕਦੇ ਸੀ, ਜਾਂ ਫਿਰ ਕਹਿ ਸਕਦੇ ਕੈਨੇਡਾ ਦੇ ਵਿੱਚ ਤਾਂ ਅੱਜ ਕੱਲ੍ਹ ਤਾਂ ਸਟੂਡੈਂਟ ਜਿਵੇਂ ਇੱਦਾਂ ਹੁੰਦਾ ਕਿ ਜਿਹਦੇ ਇੱਕ ਵਾਰ ਬੰਦਾ ਬਾਹਰ ਚਲਾ ਗਿਆ, ਪੰਜਾਬ ਵੱਲ ਮੁੜ ਕੇ ਜ਼ਿਆਦਾਤਰ ਆਉਂਦੇ ਨਹੀਂ ਹੁੰਦੇ ਸਟੂਡੈਂਟ, ਪਰ ਬਾਈ ਨੇ ਉਲਟ ਕਰੀ ਹੈਗੇ ਕੰਮ ਅਤੇ ਕੈਨੇਡਾ ਦੇ ਵਿੱਚ ਸਟੱਡੀ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਆ ਕੇ ਕੰਮ ਕਰਿਆ। ਕੰਮ ਜਦੋਂ ਤੋਰਿਆ ਸੀ ਉਦੋਂ ਮੈਂ ਕਹਿੰਦਾ ਚੰਦ ਥੋੜ੍ਹਾ ਜਿਹਾ ਸਮਾਨ ਸੀ, ਜਿਵੇਂ ਘਰ ਦਾ ਹੀ ਫਰਿੱਜ ਵਰਤ ਲਿਆ, ਘਰ ਦਾ ਹੀ ਚੁੱਲ੍ਹਾ ਵਰਤ ਲਿਆ, ਇਸ ਤਰ੍ਹਾਂ ਸਮਾਨ ਦੀ ਸ਼ੁਰੂਆਤ ਕਰੀ ਅਤੇ ਅੱਜ ਬਾਈ ਦੀਆਂ 3-3 ਬ੍ਰਾਂਚਾਂ ਹੋਈਆਂ ਨੇਗੀਆਂ। ਇਸ ਬਿਜ਼ਨਸ ਦੇ ਪਿੱਛੇ ਜਾਂ ਫਿਰ ਇਸ ਕੰਮ ਦੇ ਪਿੱਛੇ ਕਿੰਨੀ ਕੁ ਬਾਈ ਦੀ ਮਿਹਨਤ ਲੱਗੀ, ਜਾਂ ਫਿਰ ਕੈਨੇਡਾ ਤੋਂ ਵਾਪਸ ਆਉਣ ਦਾ ਕੀ ਪਲਾਨ ਸੀ, ਬਾਈ ਨਾਲ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਪੂਰਵਕ ਜੀ ਹੋਣਗੇ, ਆਪਾਂ ਵੀਰੇ ਸਵਾਗਤ ਕਰਦੇ। ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਪੰਜਾਬ ਨਿਊਜ਼ ਚੈਨਲ 'ਤੇ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਪੂਰਵਕ ਵੀਰੇ, ਸਭ ਤੋਂ ਪਹਿਲਾਂ ਸਵਾਲ ਮੇਰਾ ਇਹੀ ਹੋਊਗਾ ਨਾ, ਤੁਸੀਂ ਕੈਨੇਡਾ ਗਏ, ਕੈਨੇਡਾ ਸਟੱਡੀ ਕੀਤੀ, ਕੈਨੇਡਾ ਸਟੱਡੀ, ਜਿਹੜੇ ਬੰਦਾ ਇੱਕ ਵਾਰ ਕੈਨੇਡਾ ਜਾਂਦਾ ਨਾ, ਉਹਦਾ ਇੱਕ ਡ੍ਰੀਮ ਹੁੰਦਾ ਯਾਰ ਵੀ ਹੁਣ ਜੇ ਕੈਨੇਡਾ ਆ ਗਏ, ਇੱਥੋਂ ਦੀ ਆਪਾਂ ਪੀਆਰ ਲੈ ਲੈਣੀ ਹੈਗੀ, ਇੱਥੇ ਹੀ ਸੈਟਲ ਹੋ ਜਾਣਾ ਗਾ, ਪਰਿਵਾਰ ਨੂੰ ਇੱਥੇ ਬੁਲਾ ਲੈਣਾ ਗਾ, ਵਿਆਹ ਵੀ ਇੱਥੇ ਹੀ ਕਰਾ ਲੈਣਾ ਗਾ। ਤੁਹਾਡੀ ਅਜਿਹੀ ਕੀ ਥਿੰਕਿੰਗ ਸੀ ਵੀ ਤੁਸੀਂ ਕੈਨੇਡਾ ਨੂੰ ਛੱਡ ਕੇ ਪੰਜਾਬ ਵਿੱਚ ਆ ਕੇ ਰੁਜ਼ਗਾਰ ਤੋਰਿਆ? ਭਾਅ ਜੀ, ਪਹਿਲੀ ਗੱਲ ਤਾਂ ਇਹ ਆ ਵੀ ਸਮਝੋ, ਜੇ ਤਾਂ ਆਪਣੀ ਆਪਣੀ ਸੋਚ ਆ, ਮੈਂ ਤਾਂ ਇਹ ਗੱਲ ਵੀ ਮਤਲਬ ਸ਼ੁਰੂ ਤੋਂ ਸੋਚਦਾ ਵੀ ਆਪਾਂ ਪੰਜਾਬੀ ਆ, ਪੰਜਾਬੀ ਹੋ ਹੀ ਰਹਿਣਾ, ਅਤੇ
ਮਤਲਬ ਰਿਸਪੈਕਟ ਕਹਿ ਲਓ ਜਾਂ ਕੁਛ ਵੀ ਆਪਣਾ ਆਪਣੀ ਕੰਟਰੀ ਹੈ, ਇਹਨੂੰ ਇਹ ਤਾਂ ਹੈ ਨਹੀਂ ਵੀ ਜੇ ਚੱਲ ਨਹੀਂ ਰਹੀ ਤਾਂ ਛੱਡ ਦਿਓ, ਵੀ ਸਾਡਾ ਘਰ ਚੱਲ ਨਹੀਂ ਰਿਹਾ ਤਾਂ ਆਪਾਂ ਆਪਣੇ ਘਰ ਨੂੰ ਛੱਡ ਕੇ ਚਲੇ ਜਾਈਏ, ਵੀ ਇਹ ਤਾਂ ਆਪਣੇ ਹੈ ਨਹੀਂ ਨਾ ਸ਼ੁਰੂ ਤੋਂ। ਆਪਣੇ ਘਰਾਂ ਦੇ ਵਿੱਚ ਵੀ ਇਹੀ ਹੈ ਵੀ ਚਲੋ ਉਹ ਤਾਂ ਆਪਣੇ ਉੱਤੇ ਹੈ ਵੀ ਆਪਾਂ ਕਿੱਦਾਂ ਉਹਨੂੰ ਕੰਮ ਨੂੰ ਕਰਨਾ ਹੈ ਜਾਂ ਕੀ ਕਰਨਾ। ਚਲੋ ਮੈਂ ਤੁਸੀਂ ਲਗਾ ਲਓ ਵੀ ਉਦੋਂ ਛੋਟਾ ਸੀਗਾ ਵੀ ਠੀਕ ਹੈ, ਉਦੋਂ ਬਾਹਰ ਦਿਖਦਾ ਹੁੰਦਾ ਸੀਗਾ, ਝੂਠ ਕੋਈ ਨਹੀਂ ਹੈ ਵੀ ਸਾਰਿਆਂ ਨੂੰ ਦਿਖਦਾ, ਸਾਨੂੰ ਵੀ ਸੀਗਾ ਵੀ ਬਾਹਰ ਦਿਖਦਾ, ਕੋਈ ਗੱਲ ਨਹੀਂ, ਕਰਦੇ ਕਹਿੰਦੇ ਬਾਹਰ ਚਲਾ ਜਾ, ਬਹੁਤ ਸਪੋਰਟਿਵ ਸੀਗੇ ਵੀ ਤੂੰ ਚਲਾ ਜਾ, ਤੂੰ ਜਿਹੜਾ ਕੰਮ ਕਰਨਾ ਤੂੰ ਕਰ, ਕੋਈ ਚੱਕਰ ਨਹੀਂ ਹੈ। ਚਲੋ ਮੈਂ ਸ਼ੈਫ ਲਾਈਨ ਕੀਤੀ, ਮੈਂ ਬਾਹਰ ਚਲਾ ਗਿਆ, ਉੱਥੇ ਜਾ ਕੇ ਮੈਂ 1.5-2 ਸਾਲ ਆਪਣੀ ਸਟੱਡੀ ਕੀਤੀ, ਕੰਮ ਵੀ ਕੀਤਾ, ਸਟੱਡੀ ਵਿੱਚ ਛੱਡ ਵੀ ਦਿੱਤੀ ਵੀ ਮੇਰੇ ਕੋਲ ਫੀਸ ਲਈ, ਮੈਂ ਨਹੀਂ, ਮੇਰੇ ਕੋਲ ਪੈਸੇ ਇਕੱਠੇ ਹੋਏ, ਮੈਂ ਫਿਰ ਛੱਡ ਕੇ ਮੇਰੇ ਬਾਹਰ ਜਿਹੜੇ ਫਰੈਂਡਸ ਆ ਉਹਨਾਂ ਨੂੰ ਮੇਰੇ ਬਾਰੇ ਪਤਾ ਵੀ ਮੈਂ 4-5 ਮਹੀਨੇ ਸਟੱਡੀ ਨਹੀਂ ਕੀਤੀ, ਰਹਿ ਰਿਹਾ ਚਲੋ ਰਹਿ ਰਿਹਾ, ਫਿਰ ਮੈਂ ਜਿੱਦਾਂ ਮਰਜ਼ੀ ਕਰਕੇ ਸਟੱਡੀ ਵੀ ਕਰ ਲਈ। ਪਰ ਐਂਡ ਆਫ ਦੀ ਡੇ ਭਾਜੀ ਜੋ ਮਰਜ਼ੀ ਕਹੋ, ਘਰੇ ਕੋਈ ਲੋੜ ਹੈ, ਕੋਈ ਕੁਛ ਹੈਗਾ ਵੈ, ਉੱਥੇ ਤੁਹਾਡੇ ਕੋਲ ਕੀ ਹੈ। ਮੈਂ ਜਦੋਂ ਗਿਆ ਸੀ ਮੈਨੂੰ ਇੱਕ ਵੀ ਬੰਦਾ ਨਹੀਂ ਜਾਣਦਾ ਸੀਗਾ ਕੈਨੇਡਾ ਦੇ ਵਿੱਚ, ਮੇਰਾ ਉੱਥੇ ਕੋਈ ਰਿਲੇਟਿਵ ਨਹੀਂ ਰਹਿੰਦਾ, ਕੋਈ ਮੇਰਾ ਉੱਥੇ ਕੋਈ ਇੱਦਾਂ ਦਾ ਮੇਰਾ ਬ੍ਰਦਰ ਨਹੀਂ ਹੈ ਜਾਂ ਕੋਈ ਹੈ ਪੁਰਾਣਾ ਜਿਹੜਾ ਮੈਨੂੰ ਮਿਲਿਆ ਹੋਵੇ। ਜਿੰਨੇ ਮਿਲੇ ਆ ਸਭ ਉੱਥੇ ਹੀ ਮਿਲੇ ਆ, ਉਹ ਇੱਦਾਂ ਵੀ ਉਹ ਮਿਲਦੇ ਵੀ ਰਹਿੰਦੇ ਆ, ਚਲੇ ਵੀ ਜਾਂਦੇ ਆ, ਆਉਣਾ ਜਾਣਾ ਉਹਨਾਂ ਦਾ ਚੱਲਦਾ ਰਹਿੰਦਾ ਵੈ। ਤੁਸੀਂ ਕਹੋ ਵੀ ਕਿਸੇ ਬੰਦੇ ਨਾਲ ਆਪਾਂ ਮਿਲ ਕੇ ਉਹਨੂੰ ਕਹੀਏ ਵੀ ਆਪਾਂ ਜਿਵੇਂ ਇੱਥੇ ਘਰਾਂ ਦੇ ਵਿੱਚ ਰਹਿੰਦੇ ਹਾਂ, ਉਹ ਚੀਜ਼ ਆਪਾਂ ਨੂੰ ਕਦੇ ਵੀ ਉੱਥੇ ਦੇਖਣ ਨੂੰ ਨਹੀਂ ਹੈਗੀ। ਵੀ ਜਿਹੜੇ ਉੱਥੇ ਇੱਥੋਂ ਵੀ ਜਿਹੜੀਆਂ ਫੈਮਿਲੀਜ਼ ਜਾਂਦੀਆਂ ਨੇ, ਜਾਂ ਮੈਂ ਤੁਸੀਂ ਲਗਾ ਲਓ ਬੈਰੀ ਤੋਂ ਬਿਲੋਂਗ ਕਰਦਾ, ਬ੍ਰੈਂਪਟਨ ਦੇ ਕੋਲ ਇੱਕ ਛੋਟੀ ਜਿਹੀ ਸਿਟੀ ਹੈ ਮੇਰੀ, ਅਤੇ ਬ੍ਰੈਂਪਟਨ ਦੇ ਵਿੱਚ ਵੀ ਤੁਸੀਂ ਲਗਾ ਲਓ ਫੈਮਿਲੀਜ਼ ਆ, ਉਹ ਇੱਦਾਂ ਦੇ ਨੇ ਉਹ ਆਪਣੇ ਮੋਮ ਡੈਡ ਨੂੰ ਨਹੀਂ ਮਿਲਦੇ 2-2 ਵੀਕ, ਉਹਨਾਂ ਦੀ ਸ਼ਿਫਟ ਸਰਕਲ ਇੱਦਾਂ ਦਾ ਆ ਵੀ ਉਹ 2-2-3-3 ਵੀਕ ਮਿਲ ਨਹੀਂ ਰਹੇ। ਫਿਰ ਆਪਾਂ ਜਦੋਂ ਇੰਨਾ ਕੰਮ ਕੀਤਾ ਸਿੱਖ ਕੇ, ਇੰਨੇ ਬਾਹਰ ਵੀ ਇੰਨੇ ਰੈਸਟੋਰੈਂਟਾਂ 'ਚ ਕੰਮ ਕੀਤਾ, ਫਿਰ ਐਂਡ ਆਫ ਦੀ ਡੇ ਭਾਜੀ ਇਹ ਸੋਚਦੇ ਹਾਂ ਵੀ ਆਪਣਾ ਕੰਮ ਕਰ ਲੈਣਾ ਚਾਹੀਦਾ। ਅਤੇ ਤੁਸੀਂ ਜਿਵੇਂ ਕਿਹਾ ਵੀ ਪੰਜਾਬ ਆ ਕੇ ਕਰਨ ਦਾ ਰੀਜ਼ਨ ਕੀ ਸੀ, ਵੀ ਬਾਹਰ ਜਿਹੜਾ ਕੰਮ ਭਾਜੀ 25-30-40 ਲੱਖ ਰੁਪਏ 'ਚ ਹੋਣਾ, ਇੱਥੇ ਉਹ 30-40 ਹਜ਼ਾਰ 'ਚ ਵੀ ਹੋ ਜਾਣਾ, ਅਤੇ 30-40 ਹਜ਼ਾਰ ਭਾਜੀ ਕੋਈ ਦੇ ਵੀ ਦਿੰਦਾ ਵਾ, 25-30 ਲੱਖ ਰੁਪਇਆ 40 ਲੱਖ ਰੁਪਇਆ ਕੋਈ ਨਹੀਂ ਦਿੰਦਾ। ਅਤੇ ਫਿਰ ਇੱਕ ਰਿਸਕ ਲੈ ਕੇ 40 ਲੱਖ ਰੁਪਏ 'ਤੇ ਆਪਾਂ ਕੰਮ ਕਰਨਾ, ਇਹ ਤਾਂ ਚਲੋ 30 ਹਜ਼ਾਰ ਹੈ ਮੇਰੇ ਵਰਗੇ ਦੀ ਬਾਹਰ ਇੱਕ ਹਫ਼ਤੇ ਦੀ ਪੇ ਹੈ ਮੇਰੀ, ਜੇ $500 ਜਾਂ $600 ਵੀ ਮੈਂ ਵੀਕਲੀ ਜੇ ਅਰਨ ਕਰ ਰਿਹਾ ਅਤੇ ਮੇਰੇ ਲਈ ਇੱਕ ਹਫ਼ਤੇ ਦੀ ਪੇ ਹੈ, ਅਤੇ ਮੈਂ ਚਲੋ ਨਹੀਂ ਵੀ ਚੱਲੂਗਾ ਅਤੇ ਮੈਂ ਉਹ ਇੰਨੀ ਕੁ ਸਹਿਣ ਕਰਕੇ ਬਾਹਰ ਦੁਬਾਰਾ ਜਾ ਸਕਦਾ। ਬਿਲਕੁਲ ਬਿਲਕੁਲ ਭਾਈ, ਫਿਰ ਜਦੋਂ ਪਰਿਵਾਰ ਦਾ ਕੀ ਰਿਐਕਸ਼ਨ ਸੀਗਾ ਨਾ, ਕਿਉਂਕਿ ਅਕਸਰ ਕੀ ਹੁੰਦਾ ਗਾ ਪਰਿਵਾਰਾਂ ਦੀ ਵੀ ਦਿਲ ਦੀ ਇੱਛਾ ਹੁੰਦੀ ਹੈ ਵੀ ਜਿਹੜਾ ਸਾਡਾ ਬੇਟਾ ਗਾ ਬਾਹਰ ਬਾਹਰ ਸੈਟਲ ਹੋਵੇ, ਕਿਉਂਕਿ ਪੰਜਾਬ ਦਾ ਅੱਜ ਕੱਲ੍ਹ ਮਾਹੌਲ ਕੁਝ ਸਹੀ ਨਹੀਂ ਚੱਲ ਰਿਹਾ, ਸਰਕਾਰਾਂ ਦਾ ਜਿਹੜਾ ਤਰਤੀਬ ਤਾਂ ਚੱਲ ਰਹੀ ਹੈ ਉਹ ਕੁਝ ਸਹੀ ਨਹੀਂ ਚੱਲ ਰਹੀ। ਅੱਜ ਕੱਲ੍ਹ ਮਾਂ ਬਾਪ ਦੀ ਵੀ ਇਹੀ ਇੱਛਾ ਹੁੰਦੀ ਵੀ ਸਾਡੇ ਪੁੱਤ ਨੂੰ ਬਾਹਰ ਸੈਟਲਮੈਂਟ ਬਾਹਰ ਸੈਟਲ ਕਰਨਾ ਆਪਾਂ ਨੇ। ਫਿਰ ਜਦੋਂ ਪਰਿਵਾਰ ਨਾਲ ਡਿਸਕਸ ਕੀਤਾ ਵੀ ਮੰਮਾ ਪਾਪਾ ਮੇਰੀ ਸਟੱਡੀ ਪੂਰੀ ਹੋ ਚੁੱਕੀ ਆ, ਮੈਂ ਹੁਣ ਪੰਜਾਬ ਆ ਕੇ ਬਿਜ਼ਨਸ ਕਰਨਾ ਚਾਹੁੰਦਾ, ਪਰਿਵਾਰ ਦਾ ਪੁਆਇੰਟ ਆਫ ਵਿਊ ਕੀ ਸੀਗਾ, ਸਾਥ ਦਿੱਤਾ ਉਹਨਾਂ ਨੇ? ਭਾਅ ਜੀ ਸਾਥ ਤਾਂ ਦੇਖੋ ਕਰਦੇ ਕਦੇ ਵੀ ਨਹੀਂ ਇਹ ਕਹਿਣਗੇ ਵੀ ਮੈਂ, ਸਮਝੋ ਜੇ ਮੈਂ ਬਾਹਰ ਵੀ ਹਾਂ ਤਾਂ ਮੈਂ ਇੱਥੇ। ਕੋਈ ਵੀ ਬੰਦਾ ਬਾਹਰ ਹੈ ਨਾ, ਹਰ ਬੰਦੇ ਦੇ ਮਨ ਦੇ ਵਿੱਚ, ਮੈਂ ਜਿਵੇਂ ਮੇਰੀ ਪਹਿਲਾਂ ਵੀ ਇੰਟਰਵਿਊ ਸੀ ਉਹ 'ਚ ਮੈਂ ਦੱਸਿਆ ਸੀਗਾ ਵੀ ਕੋਈ ਵੀ ਜਿਹੜਾ ਬੰਦਾ ਬਾਹਰ ਹੈ ਨਾ, ਮੇਰੇ ਵੀ ਬਹੁਤ ਫਰੈਂਡਸ ਆ, ਉਹਨਾਂ ਨੂੰ ਕਹਿੰਦਾ ਨਾ ਮੈਂ ਵੀ ਯਾਰ ਇੰਨੇ ਤੰਗ ਹੋ ਅਤੇ ਆ ਜਾਓ, ਅਤੇ ਉਹ ਕਹਿੰਦਾ ਯਾਰ ਆ ਤਾਂ ਜਾਈਏ, ਇੱਥੇ ਆ ਕੇ ਕਹਿੰਦਾ ਕਿੱਦਾਂ ਫੇਸ ਕਰਾਂਗੇ ਜਾਂ ਉਹ ਚੀਜ਼ ਨੂੰ ਕਿੱਦਾਂ ਅਸੀਂ, ਜਾਂ ਘਰਦੇ ਤਾਂ ਕਦੇ ਵੀ ਮਨਾ ਨਹੀਂ ਕਰਦੇ, ਤੁਸੀਂ ਸਭ ਕੁਝ ਛੱਡ ਕੇ ਵੀ ਆ ਜਾਓਗੇ ਨਾ। ਵੀ ਮੈਨੂੰ ਮੇਰੇ ਕਿਸੇ ਫਰੈਂਡ ਦੇ ਪਾਪਾ ਨੇ ਗੱਲ ਕਹੀ ਸੀ ਵੀ ਜੇ 18-20 ਲੱਖ ਰੁਪਏ ਦੀ ਗੱਲ ਹੈ ਨਾ, ਤਾਂ ਸੋਚ ਲਾਂਗੇ ਵੀ ਖੂਹ 'ਚ ਗੱਡੀ ਸੁੱਟਤੀ ਕੋਈ ਚੱਕਰ ਨਹੀਂ, ਅਤੇ ਬੰਦਾ ਬਚ ਕੇ ਬਾਹਰ ਨੂੰ ਨਿਕਲਿਆ ਵੀ ਚੱਲ ਕੋਈ ਗੱਲ ਨਹੀਂ। ਫੈਮਿਲੀ ਤਾਂ ਕਦੇ ਵੀ ਨਹੀਂ ਕਹਿੰਦੀ ਹੁੰਦੀ ਭਾਅ ਜੀ ਸਾਡੇ ਤੋਂ ਚੱਲ ਜਾਓ, ਇਹ ਤਾਂ ਆਪਣੀਆਂ ਆੜੀਆਂ ਨੇ ਵੀ ਆਪਾਂ ਬਾਹਰ ਜਾਣਾ ਇਹ ਹੈ, ਫੈਮਿਲੀ ਤਾਂ ਕਦੇ ਵੀ ਨਹੀਂ ਕਹੂਗੀ ਵੀ ਤੁਸੀਂ ਬਾਹਰ ਜਾਓ ਜਾਂ ਕੁਛ ਵੀ ਕਰੋ। ਜੇ ਕਹਿਣਗੇ ਵੀ ਤਾਂ ਉਹਨਾਂ ਨੂੰ ਹੋਊਗਾ ਵੀ ਠੀਕ ਹੈ ਆਪਣਾ ਪੜ੍ਹ ਲੈ ਸੈਟਲ ਹੋ ਜਾ, ਐਂਡ ਆਫ ਦੀ ਡੇ ਰਹਿਣਾ ਤਾਂ ਸਾਰੇ ਇਕੱਠੇ ਹੀ ਜਾਂਦੇ ਆ। ਬਾਕੀ ਭਾਅ ਜੀ ਪੰਜਾਬ ਦੇ ਹਾਲਾਤ ਦੀ ਗੱਲ ਹੈ, ਇੱਦਾਂ ਦਾ ਭਾਅ ਜੀ ਕੋਈ ਸਮਝੋ ਭਾਅ ਜੀ ਸਰਕਾਰ, ਮੈਂ ਛੋਟੇ ਹੁੰਦੇ ਤੋਂ ਜਿਵੇਂ ਮੇਰੇ ਦਾਦਾ ਜੀ ਵੀ ਲਗਾ ਲਓ ਵੀ ਮੈਨੂੰ ਦੱਸਦੇ ਰਹੇ ਆ ਵੀ ਉਹ ਅਸੀਂ ਵੈਸੇ ਪਿੱਛੋਂ ਲਾਹੌਰ ਤੋਂ ਆਏ ਹੋਏ ਹਾਂ ਅਤੇ ਅਸੀਂ ਲਾਹੌਰੀਏ ਹਾਂ, ਅਤੇ ਅਸੀਂ ਜੇ ਉੱਥੋਂ ਆ ਕੇ ਤੁਸੀਂ ਇਹ ਲਗਾ ਲਓ ਵੀ ਦਾਦਾ ਜੀ ਨੇ ਅੱਜ ਤੱਕ ਮੇਰੇ ਕਦੇ ਥਾਣੇ ਦੀ ਸ਼ਕਲ ਨਹੀਂ ਦੇਖੀ ਹੋਣੀ, ਫਿਰ ਮੇਰੇ ਉਸ ਤੋਂ ਬਾਅਦ ਮੇਰੇ ਘਰਦੇ ਨੇ ਉਹਨਾਂ ਨੇ ਕਦੇ ਨਹੀਂ ਦੇਖੀ। ਰੱਬ ਦੀ ਦੁਆ ਮੈਂ ਵੀ ਕੋਈ ਇੱਦਾਂ ਦਾ ਕਦੇ ਕੋਈ ਬਾਹਰ ਉਹ ਨਹੀਂ, ਠੀਕ ਹੈ ਪ੍ਰੋਬਲਮਸ ਹੈ ਸਾਰਿਆਂ ਦੇ ਆਉਂਦੀਆਂ, ਮੇਰੇ ਮੈਂ ਦੇਖੀ ਵੀ ਹੋਊ ਨਹੀਂ ਦੇਖੀ ਹੋਊ ਜਾਂ ਮੈਂ ਕਿਸੇ ਹੋਰ ਮੇਰਾ ਕੋਈ ਫਰੈਂਡ ਹੋਊਗਾ ਉਹਨੇ ਦੇਖੀ ਉਹ ਨਹੀਂ ਦੇਖੀ ਹੋਊ, ਹਰ ਕਿਸੇ ਦੇ ਪ੍ਰੋਬਲਮ ਹੈ। ਪਰ ਜੇ ਤੁਸੀਂ ਕਹੋ ਵੀ ਹਾਲਾਤ ਹੈ, ਹਾਲਾਤ ਭਾਅ ਜੀ ਬੰਦਾ ਆਪ ਬਣਾਉਂਦਾ ਵਾ, ਉਹਨਾਂ ਨੂੰ ਆਪ ਹੀ ਹੈਂਡਲ ਕਰਦਾ ਵਾ। ਮੈਂ ਜਿੱਦਣ ਦਾ ਆਇਆ ਵਾ ਮੈਨੂੰ 2.5 ਸਾਲ ਜਾਂ 3 ਸਾਲ ਹੋ ਗਏ, ਮੈਂ ਲੁਧਿਆਣੇ 2.5 ਸਾਲ ਤੋਂ ਉੱਤੇ ਹੋ ਗਿਆ, ਮੈਂ ਲੁਧਿਆਣੇ ਤੋਂ 1 ਜਾਂ 2 ਵਾਰ ਬਾਹਰ ਨਿਕਲ ਆਊਂਗਾ। ਅੱਛਾ ਜੀ। ਮੇਰੇ ਕੋਲ ਟਾਈਮ ਹੀ ਨਹੀਂ ਸੀਗਾ ਵੀ ਮੈਂ ਕਿਤੇ ਜਾਵਾਂ ਜਾਂ ਕੁਛ ਕਰਾਂ, ਕੰਮ ਕਰ ਰਿਹਾ ਹੈਗਾ ਪਤਾ ਕੰਮ ਕਰਨਾ, ਆਇਆ ਸੀਗਾ ਆ ਕੇ ਮੈਂ ਆਉਣ ਤੋਂ 10 ਜਾਂ 15 ਦਿਨ ਬਾਅਦ ਆਪਣੀ ਸ਼ੋਪ ਲੈ ਲਈ ਸੀਗੀ। ਮੈਂ ਜਿੰਨੇ ਪੈਸੇ ਬਾਹਰੋਂ ਲੈ ਕੇ ਆਇਆ ਸੀਗਾ ਮੈਂ ਸਿੱਧਾ ਸਿੱਧਾ ਹਿਸਾਬ ਲਗਾਇਆ ਸੀ ਵੀ ਜੇ ਮੇਰੇ ਕੋਲ 2 ਲੱਖ ਰੁਪਇਆ ਹੈਗਾ 2 ਮਹੀਨੇ ਰਹੂੰਗਾ ਤਾਂ ਖਾ ਜੂੰਗਾ, ਜੇ ਇਹੀ 2 ਲੱਖ ਰੁਪਏ ਨਾਲ ਕੰਮ
ਤੇ ਜਾ ਤੇ ਉਹਦਾ ਕੀ ਹੋਊਗਾ ਵੀ ਇਹ ਸੋਚ ਲੂੰਗਾ ਵੀ ਖਾ ਲਿਆ ਇੰਜੋਏ ਹੋ ਜਾਊਗਾ। ਇੰਡੀਆ ਇੱਕ ਕੰਮ ਕਰਨ ਦੀ ਉਹ ਹੈ ਵੀ ਰੈਸਟੋਰੈਂਟ ਇੰਡੀਆ ਚੱਲਦੇ ਕਿੱਦਾਂ ਚਲਾ ਕੇ ਤਾਂ ਦੇਖਾਂ ਕੀ ਚੀਜ਼ ਹੈ। ਉਹ ਚੀਜ਼ ਚਲਾਈ ਭਾਜੀ, ਉਹ ਚੱਲੀ ਪਰ ਘਰਦਿਆਂ ਨੂੰ ਕਨਫਰਮ ਕਰਤਾ ਸੀ ਮੇਰੇ ਕੋਲ ਭਾਜੀ 9 ਮਹੀਨੇ ਦਾ ਵੀਜ਼ਾ ਸੀਗਾ ਮੈਂ ਜਦੋਂ ਇੰਡੀਆ ਆਇਆ ਸੀਗਾ, ਮੇਰੇ ਕੋਲ 8-9 ਮਹੀਨੇ ਦਾ ਵੀਜ਼ਾ ਸੀਗਾ। ਉਸ ਤੋਂ ਇਲਾਵਾ ਮੇਰੇ ਕੋਲ 2 ਸਾਲ ਦਾ 3 ਸਾਲ ਦਾ ਵਰਕ ਪਰਮਿਟ ਅਲੱਗ ਸੀ ਜਿਹੜਾ ਮੈਂ ਜਾ ਕੇ ਐਕਸਟੈਂਡ ਕਰਵਾ ਲੈਣਾ ਸੀਗਾ, ਉਹ ਮੈਨੂੰ ਮਿਲ ਜਾਣਾ ਸੀ ਕਿਉਂਕਿ ਮੇਰੀ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਆਰਾਮ ਨਾਲ ਆਪਣਾ ਵਰਕ ਪਰਮਿਟ ਐਕਸਟੈਂਡ ਕਰਵਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਪਰ ਉਹੀ ਸੀਗਾ ਵੀ ਠੀਕ ਹੈ 8-9 ਮਹੀਨੇ ਹੈਗੇ ਆ, ਜੇ ਮੈਂ ਇੱਥੇ ਕੰਮ ਵੀ ਕਰੂੰਗਾ ਨਹੀਂ ਵੀ ਸੈਟਲ ਹੋਊਗਾ 4-5 ਮਹੀਨੇ 'ਚ ਫਿਰ ਬਾਹਰ ਚਲਾ ਜਾਊਂਗਾ, ਕੋਈ ਦਿੱਕਤ ਨਹੀਂ ਹੈ। ਘੱਟੋ ਘੱਟ ਮੈਂ ਜਿਹੜੇ ਪੈਸੇ ਉਜਾੜਨੇ ਆ ਜਾਂ ਖਰਾਬ ਕਰਨੇ ਆ, ਮੈਂ ਕਹਿੰਦਾ ਜਿਹਦੇ ਕੋਲ ਨਹੀਂ ਵੀ ਆ ਨਾ ਭਾਜੀ, ਕੋਈ ਬੰਦਾ ਕਹਿੰਦਾ ਵੀ ਮੇਰੇ ਕੋਲ ਕੰਮ ਕਰਨ ਲਈ ਇੰਡੀਆ 'ਚ ਪੈਸੇ ਨਹੀਂ ਆ ਜਾਂ ਮੇਰੇ ਕੋਲ ਕੰਮ ਕਰਨ ਲਈ ਓਪਰਚੁਨਿਟੀ ਨਹੀਂ ਹੈ, ਮੈਨੂੰ ਛੱਡੋ ਭਾਜੀ, ਮੇਰੇ ਕੋਲ ਤਾਂ ਫਿਰ 30-40 ਹਜ਼ਾਰ ਹੋਣਗੇ। ਮੈਂ ਲੁਧਿਆਣੇ ਦੇ ਵਿੱਚ ਇੱਕ ਸਰਦਾਰ ਜੀ ਨੇ ਬਰਗਰ ਵਾਲੇ, ਤੁਹਾਨੂੰ ਪਤਾ ਹੋਏਗਾ, ਤੁਸੀਂ ਉਹਨਾਂ ਦੀ ਵੀਡੀਓ ਦੇਖੀ ਹੋਏਗੀ। ਇੱਕ ਮੈਂ ਹੋਰ ਸਰਦਾਰ ਜੀ ਦੀ ਵੀਡੀਓ ਦੇਖ ਰਿਹਾ ਸੀ ਥੋੜ੍ਹੇ ਦਿਨ ਪਹਿਲਾਂ, ਉਹ ਭਾਜੀ ਨੇ ਹੈਂਡ ਬੇਸਡ ਡੋ ਬਣਾ ਰਹੇ ਆ ਰੇੜੀ ਦੇ ਉੱਤੇ, ਉਹਨਾਂ ਨੇ ਮੈਂ ਉਹਨਾਂ ਦੀ ਇੰਟਰਵਿਊ ਦੇਖੀ, ਉਹੀ ਗੱਲ ਕਹਿ ਰਹੇ ਵੀ ਮੇਰੇ ਫਰੈਂਡ ਸਰਕਲ ਵਾਲੇ ਮੇਰੇ ਕੋਲ ਖਾਣ ਆਉਂਦੇ ਅਤੇ ਉਹ ਮੈਨੂੰ ਕਹਿੰਦੇ ਵੀ ਤੂੰ ਕੀ ਰੇੜੀ ਲਾ ਲਈ ਹੈ, ਪਰ ਮੈਂ ਅੱਜ ਇੰਨਾ ਵਧੀਆ ਹੈਗਾ ਮੈਂ ਵੀ ਮੈਨੂੰ ਪਤਾ ਮੈਂ ਕੀ ਕਮਾ ਰਿਹਾ, ਵੀ ਮੈਂ ਕਿਸੇ ਨੂੰ ਥੋੜ੍ਹਾ ਦਿਖਾਉਣਾ ਹੈਗਾ। ਮੈਂ ਤਾਂ ਆਪਣੇ ਘਰਦਿਆਂ ਨੂੰ ਵੀ ਇਹ ਗੱਲ ਕਹਿੰਦਾ ਮੈਨੂੰ ਰੇੜੀ ਵੀ ਲਾਉਣੀ ਪੈਂਦੀ, ਮੈਂ ਤਾਂ ਵੀ ਮੈਨੂੰ ਉਹਦੇ ਵਿੱਚ ਕੋਈ ਸ਼ਰਮ ਨਹੀਂ ਹੈ। ਜੇ ਮੈਂ ਬਾਹਰ ਜਾ ਕੇ ਕਿਸੇ ਦੇ ਕੋਲੇ ਕੰਮ ਕਰ ਸਕਦਾ, ਜੇ ਮੈਂ ਪੋਚੇ ਮਾਰ ਸਕਦਾ, ਉੱਥੇ ਸਾਡੀ ਉੱਥੇ ਕੋਈ ਬੰਦਾ ਇੱਦਾਂ ਦਾ ਨਹੀਂ ਹੋਏਗਾ ਜਿਹੜਾ ਬੰਦਾ ਉੱਥੇ ਸ਼ਿਫਟ ਕਰ ਰਿਹਾ ਨਾ, ਚਾਹੇ ਤੁਸੀਂ ਰੈਸਟੋਰੈਂਟ ਕਰ ਲਓ, ਸ਼ੋਪ 'ਤੇ ਕਰ ਲਓ, ਕਿਤੇ ਕਰ ਲਓ, ਉੱਥੇ ਤੁਹਾਡੀ ਲੱਗਦੀ ਹੈ ਵੀ ਮੰਡੇ ਤੁਸੀਂ ਕਲੀਨਿੰਗ ਕਰਨੀ ਹੈ, ਟਿਊਜ਼ਡੇ। ਮੈਂ ਆਪਣੇ ਮੁੰਡਿਆਂ ਨੂੰ ਵੀ ਇਹੀ ਗੱਲ ਕਹਿੰਦਾ ਵੀ ਜਦੋਂ ਅਸੀਂ ਵੀ ਬਾਹਰ ਕੰਮ ਕਰਦੇ ਸੀ ਤਾਂ ਸਾਡੀ ਕਲੀਨਿੰਗ ਦੀ ਡਿਊਟੀ ਹੁੰਦੀ ਸੀ ਵੀ ਮੰਡੇ ਸਫਾਈ ਤੂੰ ਕਰਨੀ ਹੈ, ਬਾਥਰੂਮ ਤੋਂ ਲੈ ਕੇ ਬਾਹਰ ਤੱਕ ਜੇ ਪਾਣੀ ਸਾਫ਼ ਕਰਨ ਵਾਲਾ ਸ਼ੀਸ਼ੇ ਤੱਕ ਤਾਂ ਤੇਰੀ ਡਿਊਟੀ ਹੈ, ਤੂੰ ਕਰਨੇ ਹੈ, ਛੋਟਾ ਵੱਡਾ ਕੋਈ ਨਹੀਂ ਹੈ। ਇੱਕ ਦਿਨ ਮੈਨੇਜਰ ਵੀ ਕਰ ਰਿਹਾ, ਜੇ 7 ਬੰਦੇ ਕੰਮ ਕਰ ਰਹੇ ਮੈਨੇਜਰ ਇੰਕਲੂਡ ਕਰਕੇ ਤਾਂ ਸਾਰੇ ਇੱਕ ਇੱਕ ਦਿਨ ਕਰ ਰਿਹਾ। ਉਹ ਸੋਚ ਜੇ ਤੁਸੀਂ ਦੱਸਿਆ ਸੀ ਨਾ ਬਾਹਰ ਦੇ ਵਿੱਚ ਤੁਸੀਂ ਇੱਦਾਂ ਮਤਲਬ ਪਾਰਟੀਸ਼ਨ ਕਰਕੇ ਮਤਲਬ ਜਿਵੇਂ ਡੇ ਬਾਈ ਡੇ ਵੰਡ ਕੇ ਕੰਮ ਕਰਦੇ ਸੀਗੇ, ਉਹ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਜਿਹੜਾ ਉਹ ਸੰਚਾਲਨ ਹੈ ਜਾਂ ਫਿਰ ਉਹ ਜਿਹੜੀ ਇੱਕਾਂਤਤਾ ਇਕੱਠਿਆਂ ਦੇ ਮਿਲ ਜੁਲ ਕੇ ਕੰਮ ਕਰਨ ਵਾਲੀ ਇਕਾਂਤਤਾ, ਉਹ ਪੰਜਾਬ ਦੇ ਵਿੱਚ ਨਹੀਂ ਦੇਖਣ ਨੂੰ ਮਿਲਦੀ ਹੈਗੀ? ਤੁਸੀਂ ਵੀ ਹੁਣ ਬਿਜ਼ਨਸ ਕਰ ਰਹੇ ਹੋਗੇ, ਤੁਹਾਡੇ ਕੋਲ ਵੀ 13-14 ਬੰਦੇ ਤੁਹਾਡੇ ਅੰਡਰ ਕੰਮ ਕਰ ਰਹੇ ਨੇ, ਤੁਹਾਨੂੰ ਲੱਗਦਾ ਨਹੀਂ ਜਿਹੜਾ ਉਸ ਕੈਨੇਡਾ ਦੇ ਵਿੱਚ ਜਿਹੜਾ ਤੁਸੀਂ ਵਰਕ ਕਰਦੇ ਸੀਗੇ ਉਹਦੇ ਨਾਲ ਉਹ ਸਹੂਲਤਾਂ ਇੱਥੇ ਜ਼ਿਆਦਾ ਮਿਲਦੀਆਂ ਨੇ, ਉੱਥੇ ਜ਼ਿਆਦਾ ਸੀਗਾ, ਸੌਖਾ ਕੰਮ ਕਿੱਥੇ ਲੱਗਿਆ ਤੁਹਾਨੂੰ? ਮੇਰੇ ਕਹਿੰਦਾ ਅਸਲ ਪੁੱਛਣ ਦਾ ਮਕਸਦ ਇਹ ਹੈ ਭਾਜੀ, ਸਹੂਲਤ ਤਾਂ ਆਪਾਂ ਆਪ ਬਣਾਉਣੀ ਹੈ। ਹੁਣ ਮੈਂ ਕੋਈ ਰੈਸਟੋਰੈਂਟ ਦੇਖ ਲਾਂ, ਪਤਾ ਨਹੀਂ ਕਿੱਦਾਂ ਚੱਲ ਰਹੇ ਕਿੱਦਾਂ ਨਹੀਂ ਚੱਲ ਰਹੇ, ਮੈਂ ਜਿੱਦਣ ਤੋਂ ਚਲਾ ਰਿਹਾ ਮੇਰੇ ਵਰਕਰ ਹੈਗੇ, ਤੁਸੀਂ ਉਹਨਾਂ ਨਾਲ ਵੀ ਗੱਲ ਕਰੋਗੇ? ਅਸੀਂ ਬੜੇ ਸਿਸਟਮੈਟਿਕ ਵੇ ਨਾਲ, ਸ਼ੁਰੂ ਤੋਂ ਮੈਂ ਸੋਚਦਾ ਵੀ ਜਿਵੇਂ ਮੈਨੂੰ ਉੱਥੇ ਥੋੜ੍ਹਾ ਬਹੁਤਾ ਲੋਕਾਂ ਨੇ ਤੁਸੀਂ ਇਹ ਲਾ ਲਓ ਵੀ ਨਕਾਰਤਾ ਮਤਲਬ ਸੈਲਰੀ ਨਹੀਂ ਦਿੰਦੇ ਟਾਈਮ 'ਤੇ ਜਾਂ ਸਾਨੂੰ ਦੱਬਦੇ ਆ ਜਾਂ ਕੁਛ ਵੀ ਆ, ਜੇ $12-13 ਵਾਲੀ ਜੋਬ $7-8 'ਤੇ ਕਰਾ ਰਿਹਾ, ਉਹ ਭਾਅ ਜੀ ਦੱਬਣਾ ਹੀ ਹੈ ਮੇਰੇ ਵੱਲੋਂ, ਅੱਜ ਵੀ ਉਹ ਦੱਬਣਾ ਵਾ ਵੀ ਉਹ ਚੀਜ਼, ਅਤੇ ਮੈਂ ਉਹ ਚੀਜ਼ ਨੂੰ ਪਰ ਇੱਥੇ ਫੋਲੋ ਕਰਾ ਰਿਹਾ ਸਿਸਟਮ ਨੂੰ। ਮੈਂ ਆਪਣੇ ਵਰਕਰਾਂ ਨੂੰ ਵਧੀਆ ਸ਼ਿਫਟ, ਸਾਡਾ ਸ਼ਿਫਟ ਟਾਈਮ ਚੱਲਦਾ, ਸਾਡੀ ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਸ਼ਿਫਟ ਹੁੰਦੀ ਹੈ, ਫਿਰ 4 ਵਜੇ ਤੋਂ ਲੈ ਕੇ 10 ਵਜੇ ਤੱਕ ਸ਼ਿਫਟ ਹੁੰਦੀ ਹੈ। ਜੇ ਓਵਰ ਟਾਈਮ ਕਰਦੇ ਆ ਉਹਨਾਂ ਨੂੰ ਉਹਨਾਂ ਦਾ ਓਵਰ ਟਾਈਮ ਮਿਲਦਾ ਪ੍ਰੋਪਰ, ਜੇ 4 ਵਜੇ ਤੋਂ ਬਾਅਦ ਜੇ ਮੈਂ ਉਹਨਾਂ ਕੋਲੋਂ 6 ਵਜੇ ਤੱਕ ਕੰਮ ਕਰਾਉਣਾ ਤਾਂ ਮੈਂ ਉਹਨਾਂ ਨੂੰ ਕਹਿੰਦਾ ਵੀ ਹਾਂ ਮੈਂ ਤੁਹਾਨੂੰ 2 ਘੰਟੇ ਦੇ ਪੈਸੇ ਲੱਗ ਦਊਂਗਾ। ਫੋਰਨ ਵਾਲਾ ਜਿਹੜਾ ਸਿਸਟਮ ਹੈਗਾ ਤੁਸੀਂ ਆਪਦੇ ਬ੍ਰਾਂਚ ਦੇ ਵਿੱਚ ਅਪਲਾਈ ਕੀਤਾ ਹੋਇਆ? ਹਾਂ, ਵੀਕਲੀ ਪੇਸ ਦੇ ਨਾਲ ਮੈਂ ਆਪਣੇ ਬੰਦਿਆਂ ਨੂੰ, ਮੈਂ ਆਪਣੇ ਬੰਦਿਆਂ ਨੂੰ ਵੀਕਲੀ ਪੇਆਊਟ ਕਰਦਾ ਔਰ ਐਡਵਾਂਸ ਪੇਆਊਟ ਕਰਦਾ। ਮੇਰੇ ਜਿੰਨੇ ਬੰਦੇ ਆ ਸਾਰਿਆਂ ਨੂੰ ਮੈਕਸੀਮਮ ਵੀ ਇਹ ਹੈ ਵੀ ਅਸੀਂ 1 ਹਫ਼ਤੇ ਦੀ ਪਹਿਲਾਂ ਹੀ ਉਹਨਾਂ ਨੂੰ ਐਡਵਾਂਸ ਪੇਆਊਟ ਕਰਕੇ ਰੱਖਦੇ ਹਾਂ। ਉਸ ਤੋਂ ਇਲਾਵਾ ਭਾਅ ਜੀ ਉਹਨਾਂ ਨੂੰ ਹੈਲਥ ਬੈਨੀਫਿਟ ਸਾਰੇ ਆ, ਉਹਨਾਂ ਨੂੰ ਕੋਈ ਵੀ ਡਾਕਟਰ ਦਾ ਖਰਚਾ ਜੋ ਕੁਝ ਵੀ ਹੈ ਉਹ ਸਾਰਾ ਮੇਰੇ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ। ਉਸ ਤੋਂ ਇਲਾਵਾ ਵੀ ਹਾਂ, ਜੇ ਮੈਂ ਉਹਨਾਂ ਨੂੰ ਹੋਰ ਚੀਜ਼ਾਂ ਰੱਖੀਆਂ, ਜੇ ਕੋਈ ਬੰਦਾ ਓਵਰ ਟਾਈਮ ਕਰਨਾ ਚਾਹੁੰਦਾ ਉਹ ਮੇਰੇ ਕੋਲ, ਜੇ ਪੂਰਾ ਦਿਨ ਕੰਮ ਕਰ ਰਿਹਾ, ਕਈ ਮੇਰੇ ਕੋਲ 1.5-1.5 ਸ਼ਿਫਟ ਕਰ ਰਿਹਾ, ਕਈ ਮੇਰੇ ਕੋਲ 2-2 ਸ਼ਿਫਟ ਕਰ ਰਿਹਾ, ਸ਼ਿਫਟ ਸਿਸਟਮ ਹੈ ਉਹਨਾਂ ਦੀ, 7 ਹਜ਼ਾਰ ਤਨਖਾਹ ਹੈ, ਉਹ 12 ਹਜ਼ਾਰ ਲੈ ਰਹੇ ਆ, 13 ਹਜ਼ਾਰ ਲੈ ਰਹੇ ਆ, ਉਹਨਾਂ ਦੇ ਉੱਤੇ ਆ ਵੀ ਉਹਨਾਂ ਨੇ ਕਿੰਨਾ ਕੰਮ ਕਰਨਾ ਵਾ। ਮੈਂ ਤਾਂ ਉਹਨਾਂ ਦੇ ਉੱਤੇ ਸਾਰੀ ਛੱਡੀ ਹੋਈ ਹੈ ਵੀ ਤੁਸੀਂ ਮੈਨੂੰ ਕੰਮ ਕਰਕੇ ਦਿਓ ਅਤੇ ਮੇਰੇ ਕੋਲੋਂ ਜਿੰਨੇ ਮਰਜ਼ੀ ਪੈਸੇ ਲੈ ਲਓ। ਫਿਰ ਤਾਂ ਵੀ ਜਿਸ ਹਿਸਾਬ ਤੁਸੀਂ ਦੱਸ ਰਹੇ ਹੋ ਜਿਹੜਾ ਤੁਹਾਡਾ ਸਟਾਫ ਹੋਊਗਾ, ਸਟਾਫ ਬੜਾ ਖੁਸ਼ ਹੋਊਗਾ ਮੇਰੇ ਅਕੋਰਡਿੰਗ, ਕਿਉਂਕਿ ਪੰਜਾਬ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਹੈਗੀਆਂ, ਹੈ ਨਾ? ਪੰਜਾਬ ਦੇ ਵਿੱਚ ਤਾਂ ਜਿਵੇਂ ਤੁਸੀਂ ਕਿਹਾ ਵੀ ਸੈਲਰੀ ਵੀ ਐਡਵਾਂਸ ਦਿੰਦੇ ਹੋਗੇ, ਹੈ ਨਾ? ਸ਼ਿਫਟ ਸਿਸਟਮ ਚੱਲਦਾ ਹੈਗਾ, ਘੰਟਾ ਜੇਕਰ ਵੱਧ ਲੱਗਦਾ ਤਾਂ ਉਹਦੇ ਵੀ ਅਲੱਗ ਤੋਂ ਪੇ ਕਰਦੇ ਹੋ, ਪਰ ਪੰਜਾਬ ਦੇ ਵਿੱਚ ਨਹੀਂ ਇਹ ਚੀਜ਼ਾਂ ਕਰਦੇ। ਫਿਰ ਤਾਂ ਜਿਹੜੇ ਤੁਹਾਡੇ ਕੋਲ ਮੇਰੇ ਖਿਆਲ ਨਾਲ ਜ਼ਿਆਦਾਤਰ ਵਰਕ, ਤੁਹਾਡੀ ਡਿਮਾਂਡ ਬਹੁਤ ਆਉਂਦੀ ਹੋਊਗੀ ਤੁਹਾਡੇ ਕੋਲ ਵੀ, ਭਾਜੀ ਸਾਨੂੰ ਵੀ ਰੱਖ ਲਓ ਕਹਿੰਦੇ ਨੇ ਇੱਦਾਂ? ਇੱਦਾਂ ਤਾਂ ਕੁਛ ਨਹੀਂ ਹੈ, ਨਾਲੇ ਮੇਰੇ ਕੋਲ ਜਿੰਨੇ ਬੰਦੇ ਆ ਨਾ ਸਾਰੇ ਮੇਰੇ ਕੋਲ ਆਏ ਸੀ ਜਦੋਂ, ਉਹ ਮੇਰੇ ਆਪਣੇ ਹੀ ਥੋੜ੍ਹੇ ਬਹੁਤੇ ਮੇਰੇ ਜਾਂ ਮੇਰੇ ਜਿਹੜੇ ਮਤਲਬ ਲਗਾ ਲਓ ਮੇਰੇ ਕੋਲ ਥੋੜ੍ਹੇ ਮੇਨ ਬੰਦੇ ਨੇ, ਕਾਰੀਗਰ ਰੱਖੇ ਹੋਏ ਨੇ, ਉਹਨਾਂ ਨੇ ਟ੍ਰੇਨ ਕੀਤੇ ਹੋਏ ਆ ਵੀ ਕੁਛ
मैं वैसे मेरे दादा जी पंडित गोपाल दास शर्मा ते मेरे नाना जी ने राम कुमार शर्मा वो दोनों ही मेरे ग्रैंडफादर वधिया मतलब लुधियाने दे भी उन्हां दा वधिया नाम पर उन्होंने मैनूं शुरू तो एको ही गल दसी है भी पुत्तर पैसे तो सारी दुनिया कमांदी है आपां नाम कमाना पैसे कित्थे खूह च लैके जाने हैं बस उही चीज़ है भाजी तुसी खा लो मेरी किचन आ बनी हुई है गिलास की अंदर इत्थे ही बनता जो बनता है इत्थे खड़ जाओ तुसी पूरा प्रोसीजर देखो किदा बनता है कितने हाथ धोते नहीं धोते कि मतलब सफाई का प्रॉपर कितने गंदा कपड़ा पिया कितने कुछ पिया कुछ नहीं है तुसी आ शीशे की ता ही रसोई उधर भी इदा ही है तुसी जिते भी जाओ तुसी देखो मेरे किचन दे विच की बन रहा मैं की बेच रहा मैं तो सॉसिस खिला रहा कि मैं तो की खिला रहा जे इतने मेरे को 8 सॉसिस पईआं इहदे विचों 7 मेरी अपनी बनाई हुई हैं ये नहीं हैगा भी असीं कितों लिया रहे हैं तो कुछ भी कर रहे हैं जिवें तुहाडे कोल होर भी तुहाडे फ्रेंड सर्कल चों भी लोक आउंदे होणगे हैना मतलब जिवें मैं पहले भी कहा सी अजकल दा यूथ बाहर जा काला गा है ना तुम फिर उन्होंने एडवाइस तो देंदे होवोगे यार भी बाहर तो रहन दो बाहर के नालों भी इधर ज़्यादा प्रॉफिट है क्योंकि तुम बाहरों स्टडी करने तो बाद चंगा इतने प्रॉफिट ले रहे हो तो चंगा नाम कमा रहे हो फिर एडवाइस तो देंदे होवोगे नाल दे फ्रेंड सर्कल च एडवाइस तो यही है भाजी भी समझो अपने घरदियां दे नाल रहो जे मेरे मेरी वैसे तो बहुत वड्डी फैमिली है जे मेरी 4 जने की फैमिली होवे मैं कितना कितने फिर सोच सकदा भी चलो मैं बाहर चल जूँगा तो 4 बंदे हाँ असी जाके सैटल हो जाएंगे पर उही गल है भाजी जिहड़े बाहर रहिंदे भी है भी इत्थे वाली ऐश नहीं है भी आपां बैठे हैं धुप्पे मंजा डाले आ ते 4-4 घंटे बैठे हैं जे शामी असी घरे आ गए तो असी 3-4 घंटे बैठे हैं भी कोई चक्कर नहीं है उत्थे तो भाजी शिफ्ट सर्कल है कुछ नहीं पता तुहाडे घर दे कित्थे काम कर रहे हो ते तुसी कित्थे काम कर रहे हो या तो तुसी बहुत ज़्यादा पैसा कमा लो भी करोड़ा रुपया कमा लो भी उन्हां नूं तुसी वधिया घर दे विच बिठाया होया ये तो है नहीं भी बाकी भाजी बार 80% तुहानू भी पता किदा काम कर रही है कोई फार्मा च लगी हुई है साढ़े नाल 75-75 साल के बंदे फैक्ट्रिया के काम करते रहे साड़ी 5-7 घंटे बस हो जाती उन्हों का की सिस्टम है असं उन्होंने कदम पूछा भी नहीं ना साड़ी कदे हिम्मत हुई असं उन्होंने एहसास नहीं कदे कराना चाहते थे पर ठीक है बड़ा दुख लगता है भी मैं उही कहना जिन्हें लैके जाना ना बाहर कितने भी लै जाओ दुनिया के जिथे मर्जी सैटल हो जाओ या तो उन्होंने करोड़ा रुपया कमा के दे दो नहीं तो उन्होंने जिथे सुख है उन्ना को उन्होंने इतने सुख रह लेंदे हो इतने उन्होंने बाहर नालों तो ज़्यादा सुख हैगा काम दे विच ये तो मैनू पता है भाई फिर जे हुण तुहानू मौका दिता जाए है ना एक ऑफर दिता जाए कि यार भी भाई नू ऑफर आ गया भी हुण कनेडा जाके तू मतलब कोई वर्क सैटिंग मतलब सैटल करना या फिर वर्क परमिट हुण कोई ऑफर मिले हुण कनेडा दोबारा जाना चाहूँगा या इतने संतुष्ट हो नहीं नहीं भाजी जरूर जाना चाहूँगा जाना इन दी सेंस भी मैं जिवें मैं मतलब सिस्टम चला रहा एक इंडियन ब्रांच चला रहा मेरा यही ड्रीम है भी मैं हर सिटी दे विच ते हर स्टेट दे विच ते हर कंट्री दे विच वर्ल्ड दे अपनी एक ब्रांच खोला मेनली मैं एक इंडियन फास्ट फूड चेन बनाई है जिदे विच असीं ऑथेंटिक फूड सर्व करते हैं जिवें मैकडोनल्ड है या डोमिनोज है मेरी 3 ब्रांचिज है एक मैं इत्थे कुमार मंडी च रन करदा एक मेरी सिविल लाइन दा एक सिविल सिटी है तो यही काम है भाजी साडा असीं माल वधिया उही जिवें फ्रेंचाइजी सिस्टम वर्क करदी है भी इक्को जगह माल बन रहा है भी उतों की आप अगे जा रहे अपना माल एक ही जगह तो जा रहा सारा सॉसेज भी साड़िया बन के जाए मसाले एड जेड तुम खुद ही तैयार करते हाँ एक ही जगह तैयार होंगे उही पुराने वे ना तैयार होंगे भी असं मसाले पिसवा रहे हैं सॉसेज तो लैके चटनिया तो लैके सुके मसालों तो लैके सब कुछ असं अपने आप भेजते हैं जे किसी ने फ्रेंचाइजी लैनी है मैं फ्रेंचाइजी मेरा ब्रांड रजिस्टर्ड है असं ट्रेडमार्क करवाया हुआ अपना साढ़े को वधिया सारा सिस्टम है जो कोई भी बंदा काम शुरू करना चाहता भाजी असं 15-20 हज़ार रुपए के बंद का काम शुरू करा देंगे मैं चाहूँगा एक ना फिर अपना संपर्क नंबर जरूर दस दो ताकि ना कुछ दर्शक हो गए फ्रेंचाइजी लेना चाहते हो फिर इस काम के प्रति कोई एडवाइस लेनी चाहते हो ना अपना एक फोन नंबर जरूर दस दो हाँ जी हाँ जी खान का काम भाजी मेरा वैसे मोबाइल नंबर 8725052693 है बाकी जे किसी ने भी काम शुरू करना ना भाजी मैं शुरू तो फूड लाइन दे मतलब आना चाहता सीगा और बड़े साल मैं दिते भी है तो जे किसी भी अपने वीर ने फूड लाइन दे विच कोई भी छोटा जा भी काम करना ना तो मैं श्योरिटी दिना भी मैं 20,000-25,000 रुपए के बंदे का वधिया काम शुरू करा दूंगा 20,000-25,000 तक कितों भी अरेंज कर लवे बंदा चलना ना चलना वो मर्जी है कम मैं शुरू करा के दूंगा उन्होंने कुछ भी नहीं आता होगा ना उन्होंने मैं दसूंगा भी तेनों आ चीज़ प्रोवाइड करूँगा इन्ना प्रॉफिट होगा कितने भी काउंटर ला के खड़ जूगा ना तो अपना गुजारा कर लूगा जोड़े बंदे कहते ना पंजाब दे विच काम नहीं है पंजाब दे विच फूड लाइन का इन्ना का काम है ना भी तुसी 25,000 रुपये 30,000 रुपये इकट्ठा करो मैं तो कितना कितने काम शुरू करवा के दिना चलाना ना चलाना तुहाडी मर्जी है रिसोर्सिज तो देखो वड्डे वड्डे इंडस्ट्रियलिस्ट भी उन्होंने भी लोन लेते हुए करोड़ों रुपए के बैंकों तो चल रहे हैं तो जे तुसी सोचो भी साढ़े को कुछ भी नहीं है तो है अद्धे तो ज़्यादा किसी को भी कुछ नहीं है सब सर्कल के घूम रहे हैं जे तुसी सर्कल बनाना वे तो आओ बिजनेस करो देखो कितना चलता वे 20-25,000 की गल है जाते खत्म हो जाऊगा इस तो ज़्यादा तो कुछ भी नहीं होना
ਬਈ ਆਉਣ ਵਾਲੇ ਯੂਥ ਨੂੰ ਫਿਰ ਤੁਸੀਂ ਸੁਨੇਹਾ ਤਾਂ ਇਹੀ ਲਾਉਂਦੇ ਹੋਵੋਗੇ ਵੀ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੀਦਾ, ਕਿਉਂਕਿ ਪੰਜਾਬ ਦੇ ਜਿਵੇਂ ਤੁਸੀਂ ਦੱਸ ਰਹੇ ਹੋਗੇ ਸੋਰਸ ਚੰਗੇ ਨੇਗੇ, ਆਪ ਸੋਰਸ ਤਿਆਰ ਕਰਨੇ ਪੈਂਦੇ ਨੇ ਕਿ ਫਿਰ ਜਿਹੜਾ ਯੂਥ ਇੰਟਰਵਿਊ ਦੇਖ ਰਿਹਾ ਹੈਗਾ, ਯੂਥ ਦੇ ਮਨ ਵਿੱਚ ਜਿਹਨਾਂ ਦੇ ਵਿੱਚ ਥਿੰਕਿੰਗ ਚੱਲ ਰਹੀ ਹੈ ਬਾਹਰ ਜਾ ਕੇ ਕੰਮ ਕਰਨ ਦੀ ਜਾਂ ਬਾਹਰ ਜਾ ਕੇ ਕੋਈ ਬਿਜ਼ਨਸ ਸਟਾਰਟ ਕਰਨ ਦੀ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਬਾਹਰ ਜਾ ਕੇ ਰਹਿਣ ਨੂੰ ਤਾਂ ਠੀਕ ਆ, ਪਹਿਲਾਂ ਤਾਂ ਆਪਾਂ ਇੱਧਰ ਹੀ ਬਾਹਰ ਬਣਾ ਲਈਏ ਉਹ ਜ਼ਿਆਦਾ ਵਧੀਆ ਵਾ, ਆਪਾਂ ਆਪਣਾ ਮਾਹੌਲ ਥੋੜ੍ਹਾ ਜਿਹਾ ਸੁਧਾਰ ਲਈਏ, ਨਿਊ ਈਅਰ ਪਾਰਟੀਆਂ ਕਰਨ ਦੀ ਥੋੜ੍ਹੀ ਜਿਹੀ ਜਾਂ ਕੋਈ ਹੋਰ ਆਪਾਂ ਪਾਰਟੀਆਂ ਕਰਦੇ, ਲੁਧਿਆਣੇ 'ਚ ਇੰਨੀ ਆ ਇੰਨੇ ਇੰਨੇ ਕਲੱਬ ਖੁੱਲ੍ਹੇ ਹੋਏ ਨੇ, ਥੋੜ੍ਹਾ ਜਿਹਾ ਆਰਾਮ ਨਾਲ ਆਪਾਂ ਪਾਰਟੀ ਕਰੀਏ, ਐਵੇਂ ਇੱਕ ਦੂਜੇ ਨੂੰ ਦੇਖ ਕੇ ਘੁਰੀਆਂ ਜਾਂ ਇਹ ਸਭ ਕੁਝ ਚੱਲੀ ਜਾਊਗਾ ਜਾਂ ਆਪਾਂ ਹਵਾ ਕਰੀ ਜਾਵਾਂਗੇ ਜਾਂ ਹੋਰ ਆਪਾਂ ਮਾਹੌਲ ਤਾਂ ਆਪਾਂ ਆਪ ਖਰਾਬ ਕਰਾਂਗੇ ਨਾ, ਕੋਈ ਥੋੜ੍ਹਾ ਮਾਹੌਲ ਖਰਾਬ ਕਰੂਗਾ ਜੇ ਆਪਾਂ ਕਹਿੰਦੇ ਹਾਂ ਵੀ ਇੱਥੇ ਮਾਹੌਲ ਠੀਕ ਨਹੀਂ ਹੈ, ਤਾਂ ਮਾਹੌਲ ਸਾਡੇ ਨੂੰਹ ਦੇ ਵਿੱਚ ਹੀ ਕੋਈ ਇੱਕ ਅੱਧਾ ਹੋਊਗਾ ਇਹੋ ਜਿਹਾ ਜਿਹੜਾ ਖਿੱਲਰ ਦਾ ਜਾਂ ਕੁਛ ਵੀ ਕਰਦਾ, ਉਹ ਭਾਅ ਜੀ ਆਪਣਾ ਮਾਹੌਲ ਖਰਾਬ ਹੈ, ਮਾਹੌਲ ਹੋਰ ਕੋਈ ਖਰਾਬ ਨਹੀਂ। ਬਾਹਰ ਐਕਚੁਅਲ ਦੇ ਵਿੱਚ ਇਹ ਹੈ ਜੇ ਕੋਈ ਉੱਥੇ ਮਾਹੌਲ ਖਰਾਬ ਕਰਦਾ ਉਹ ਚੱਕ ਕੇ ਅੰਦਰ ਸੁੱਟ ਦਿੰਦੇ ਆ, ਪਰ ਉਹ ਸਵੇਰੇ ਬਾਹਰ ਵੀ ਲਿਆ ਕੇ ਛੱਡ ਦਿੰਦੇ ਆ, ਉਹ ਬੰਦੇ ਨੂੰ ਇੱਕ ਰਾਤ ਜ਼ਰੂਰ ਅੰਦਰ ਰੱਖਦੇ ਆ ਵੀ ਤੂੰ ਨਾਮ ਵੀ ਨਹੀਂ ਪੁੱਛਣਗੇ ਤੁਹਾਡਾ, ਪਰ ਇੱਕ ਰਾਤ ਅੰਦਰ ਰੱਖਣਗੇ ਵੀ ਉਹਨੂੰ ਬੰਦੇ ਨੂੰ ਸਮਝ ਲੱਗ ਜਾਵੇ ਵੀ ਮੈਂ ਗਲਤ ਕੀਤਾ ਕੁਛ। ਬਾਕੀ ਹੋਰ ਕੋਈ ਨਹੀਂ ਹੈ ਭਾਅ ਜੀ, ਇੱਥੇ ਵੀ ਬਾਹਰ ਹੀ ਹੈ, ਜਿੰਨਾ ਇੰਡੀਆ ਦੇ ਵਿੱਚ ਲੋਕਾਂ ਕੋਲ ਪੈਸਾ ਹੈ ਨਾ, ਜਿੰਨੀਆਂ ਇੱਥੇ ਗੱਡੀਆਂ ਅਤੇ ਜਿੰਨੀ ਇੱਥੇ ਲੋਕ ਪੋਰਸ਼ ਲਾਈਫ ਜੀ ਰਹੇ ਹੈ ਵੀ ਐਸ਼ ਪ੍ਰਸਤੀ ਨਾਲ 7 ਘੰਟੇ ਕੰਮ ਕਰਦੇ, ਉਸ ਤੋਂ ਬਾਅਦ ਆਜ਼ਾਦੀ ਇੰਨੀ ਹੈ ਪਤਾ ਹੀ ਕੁਛ ਨਹੀਂ ਹੈ। ਇਹ ਹੈ ਭਾਅ ਜੀ ਪੋਰਸ਼ ਲਾਈਫ, ਬਾਹਰ ਕਿਹੜੀ ਪੋਰਸ਼ ਲਾਈਫ ਹੈ, ਕੱਪੜੇ ਆਪਣੇ ਧੋਂਦੇ ਜੇ ਧੁੱਤੇ ਮਿਲ ਜਾਂਦੇ ਆ, ਭਾਂਡੇ ਆਪਾਂ ਧੋ ਨਹੀਂ ਰਹੇ, ਰੋਟੀ ਆਪਾਂ ਨੂੰ ਘਰ ਦੇ ਬਣਾ ਕੇ ਦੇ ਰਹੇ ਹੈ, ਅਤੇ ਇੱਥੇ ਭਾਅ ਜੀ ਜ਼ਿਆਦਾ ਵਧੀਆ ਜ਼ਿੰਦਗੀ ਹੈ। ਬਹੁਤ ਬਹੁਤ ਧੰਨਵਾਦ ਵੀਰੇ। ਠੀਕ ਹੈ ਜੀ, ਚੰਗਾ ਲੱਗਿਆ ਮਿਲ ਕੇ। ਸੋ ਅੱਜ ਵੀਰ ਕੋਲ ਆਏ ਸੀਗੇ, ਵੀਰ ਨੂੰ ਮਿਲ ਕੇ ਬੜਾ ਚੰਗਾ ਲੱਗਿਆ, ਕਿਉਂਕਿ ਜਿਸ ਤਰ੍ਹਾਂ ਬਾਈ ਨੇ ਦੱਸਿਆ ਕਿ ਜਿਹੜਾ ਫੋਰਨ ਵਾਲਾ ਸਿਸਟਮ ਹੈ, ਬਾਈ ਨੇ ਆਪਦੀ ਬ੍ਰਾਂਚ ਦੇ ਵਿੱਚ ਅਪਲਾਈ ਕੀਤਾ ਹੋਇਆ ਹੈਗਾ, ਬਹੁਤ ਚੰਗਾ ਲੱਗਿਆ, ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਬਿਜ਼ਨਸਮੈਨ ਪਰਸਨ ਨੇਗੇ ਜਾਂ ਕੋਈ ਵੀ ਸ਼ੋਪਕੀਪਰ ਹੈਗਾ, ਉਹਨਾਂ ਨੂੰ ਵੀ ਇਹ ਚੀਜ਼ ਅਪਲਾਈ ਕਰਨੀ ਚਾਹੀਦੀ, ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਲੇਬਰ ਸਿਸਟਮ ਹੈ ਉਹ ਵੀ ਕਿਤੇ ਨਾ ਕਿਤੇ ਸੰਤੁਸ਼ਟ ਹੋ ਸਕੇ, ਅਤੇ ਕੰਮ ਆ ਜਿਹੜਾ ਕੰਮ 'ਤੇ ਵੀ ਬੜਾ ਪੂਰਾ ਵਧੀਆ ਪ੍ਰਭਾਵ ਪੈ ਸਕੇ। ਉਮੀਦ ਇਹ ਰਹੇਗੀ ਕਿ ਵੀਡੀਓ ਚੰਗੀ ਲੱਗੀ ਹੋਊਗੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਾਂ ਕਿ ਜਿਹੜੀ ਅਜਿਹੀਆਂ ਸੋਸ਼ਲ ਸਟੋਰੀਆਂ ਨੇ ਜਿਹੜੀਆਂ ਪੰਜਾਬ ਨੂੰ ਇੱਕ ਚੰਗੀ ਸੇਧ ਦਿੰਦੀਆਂ ਨੇ ਜਾਂ ਫਿਰ ਪੰਜਾਬ ਦੇ ਲੋਕਾਂ ਨੂੰ ਇੱਕ ਚੰਗੀ ਚੀਜ਼ ਸਿਖਾਉਂਦੀਆਂ ਨੇ, ਸਮੇਂ ਸਮੇਂ ਸਿਰ ਤੁਹਾਡੇ ਸਾਹਮਣੇ ਕਰ ਰਹੀ ਹੈ, ਉਹ ਤੱਕ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ। ਮੈਨੂੰ ਯਾਨੀ ਕਿ ਹਰਦੀਪ ਸ਼ੇਰਪੁਰ ਦੀ ਇਜਾਜ਼ਤ, ਧੰਨਵਾਦ।